ਹਾਂਜੀ, ਕੀ ਹਾਲ ਆ ਸਾਰੇ ਵੀਰਾਂ ਦਾ? ਹੋਰ ਕੀ ਬਣਦਾ ਕਰਦਾ ਮੇਰੇ ਵੀਰੋ? ਕੁਆਟਰ ਸੈੱਟ ਹੈ ਜੀ ਸਾਰੇ ਵੀਰਾਂ ਦੇ, ਘਰ ਪਰਿਵਾਰ ਠੀਕ ਹੈ? ਅਤੇ ਲਓ ਬਾਤ ਤਾਂ ਕਰਤੀ ਵਲੋਗ ਦੀ ਸਟਾਰਟਿੰਗ। ਅਤੇ ਵੈਸੇ ਹੋਰ ਲੇਟ ਗਏ, ਕਾਫੀ ਜ਼ਿਆਦਾ ਲੇਟ ਹੋ ਗਏ ਬਾਬਿਓ, ਐਨ ਧੁੱਪਾਂ ਚੜ੍ਹਿਆ ਗਾ, 11 ਵੱਜ ਗਏ। ਅਤੇ ਅੱਜ ਕਰਦੇ ਹਾਂ ਬਈ ਖੁੱਡਾਂ 'ਚ ਟੋਕਰਾਂ ਡਾਕਰਾਂ ਲਾਉਣੇ ਆ, ਫੱਟੀਆਂ ਫੁੱਟਾਂ ਲਵਾਉਣੇ ਆ ਮਿਸਤਰੀਆਂ ਤੋਂ, ਅਤੇ ਛੱਡਦੇ ਹਾਂ ਮੰਨ ਕੇ ਚਲੋ ਜੋੜੀਆਂ ਜਾੜੀਆਂ, ਹੈ ਨਾ, ਜੇ ਟਾਈਮ ਨਾਲ ਸਾਰਾ ਕੰਮ ਨਿਬੜ ਗਿਆ ਤਾਂ। ਊਂ ਤਾਂ ਮੈਂ ਸਾਫ਼ ਕਰ ਹੀ ਦਿੱਤੇ ਖੁੱਡਾ, ਤੁਹਾਨੂੰ ਪਤਾ ਹੀ ਹੈ ਗੱਲ ਸਾਰਾ, ਅੜਾ ਫਿਰ ਵੀ ਥੱਲੇ ਮਾੜਾ ਮਾੜਾ ਗੰਦ ਪਿਲ ਜਿਹਾ ਰਹਿ ਗਿਆ, ਹੈ ਨਾ, ਇਹ ਵੀ ਸਾਫ਼ ਕਰਕੇ। ਹਾਂਜੀ ਮੇਰੇ ਵੀਰੋ, ਆ ਗਏ ਜੀ ਇੱਧਰਲੇ ਘਰ, ਰੋਟੀ ਰੋਟੀ ਖਾ ਜਾਂਦੀ ਬਾਈ, ਅਤੇ ਦਵਣੀ ਨੂੰ ਵੀ ਸੱਦ ਲਿਆਂਦਾ, ਅਤੇ ਬਸ ਹੁਣ ਚੱਲਦੇ ਹਾਂ ਆਪਾਂ ਬਾਦਲ, ਹੈ ਨਾ, ਆਪਣਾ ਪੱਖਾ ਅਤੇ ਟੋਕਰੀਆਂ ਲੈ ਕੇ ਆਉਣੇ ਆ। ਅਤੇ ਮਿਸਤਰੀ ਯਾਰ ਲੱਕੜਾਂ ਲਿਆਇਆ ਹੀ ਨਹੀਂ ਬਾਈ ਹਜੇ ਤੱਕ, ਯਾਰ ਉਹ ਕਹਿੰਦੇ ਅਸੀਂ ਲੇਟ ਆਵਾਂਗੇ। ਆਵਾਂਗੇ ਜ਼ਰੂਰ, ਵੇਖੋ ਲਾਈਟਾਂ ਲੁਟਾਂ ਕੀ ਹਾਲ ਆ ਸਾਡੇ, ਹੈ ਨਾ, 12-1 ਵੱਜਿਆ ਪਿਆ, ਲਾਈਟਾਂ ਲੁਟਾਂ ਸਾਰੀਆਂ ਜਗੀ ਜਾਂਦੀਆਂ, ਉਹ ਉੱਧਰ ਲਈ ਉਹ ਵੀ ਜਗੀ ਜਾਂਦੀ ਸਾਹਮਣੇ ਵੀ, ਪਰ ਉਹ ਦਵਣੀ ਵੀ ਕਹਿੰਦੇ ਆ ਗਿਆ ਫਰੀ ਹੋ ਕੇ, ਟੋਇਲਟ ਵਾਲੇ ਪਾਸਿਓਂ ਮੂਤਣ ਗਿਆ ਸੀਗਾ। ਹਾਂ ਹੁਣੇ ਤਾਂ ਨਜ਼ਾਰਾ, ਹੁਣ ਆਪਾਂ ਟੋਕਰੀਆਂ ਸਾਰੀਆਂ ਲਿਆ ਕੇ ਮਿੱਟੀ ਗਿੱਲੀ ਕਰਕੇ ਪਾ ਪਾ ਧੁੱਪੇ ਰੱਖ ਦਿੰਦੇ ਹਾਂ ਅਤੇ ਹੱਥ ਨੂੰ ਸੁੱਕ ਜਾਣਗਾ। ਚੰਗਾ ਕੀ ਲੈ ਭੈਣ, ਚਲੋ ਯਾਰ ਚੱਲਦੇ ਹਾਂ। ਪੱਖਾ ਚੱਕ ਲੈਂਦਾ ਜੀ ਆਪਾਂ ਆਪਣਾ ਬਾਦਲੋਂ, ਇਹ ਕਰਤਾ ਸੀ ਠੀਕ, ਅਤੇ ਟੋਕਰੀਆਂ ਨਹੀਂ ਮਿਲੀਆਂ ਬਈ, ਮਤਲਬ ਵੀ ਜਿਹੜਾ ਜਿਹੜੀ ਸ਼ੋਪ ਤੋਂ ਆਪਾਂ ਪਹਿਲਾਂ ਟੋਕਰੀਆਂ ਲੈਂਦੇ ਹੁੰਦੇ ਹਾਂ, ਉਹ ਸ਼ੋਪ 'ਤੇ ਹੋਰ ਤਰ੍ਹਾਂ ਦੀਆਂ ਪੰਗਾਂ ਸੀ, ਪਰ ਜਿੱਦਾਂ ਦੀਆਂ ਆਪਾਂ ਨੂੰ ਟੋਕਰੀਆਂ ਚਾਹੀਦਾ ਸੀ ਉਹ ਚੀਜ਼ ਹੈ ਨਹੀਂ ਸੀਗੀ। ਅਤੇ ਹੁਣ ਉਹ ਚੀਜ਼ ਆਪਾਂ ਮੰਨ ਕੇ ਚਲੋ ਵੀ ਜਾਂਦੇ ਹਾਂ ਭਾਲਣਾ, ਜੇ ਕਈ ਜੋ ਲੰਬੋ ਮਿਲ ਗਿਆ ਕਿੱਥੋਂ ਵੀ ਮਿਲਗਾ, ਪਰ ਲਿਆਉਣਗੀਆਂ ਉਹੋ ਜਿਹੀਆਂ ਸੇਮ ਹੀ ਜਿਹੀਆਂ ਪਹਿਲਾਂ ਲੈ ਕੇ ਆਉਂਦੇ ਸੀਗਾ ਆਪਾਂ। ਚਲੋ ਬਾਬੇ ਹੁਣ ਲੰਬੀ ਚੱਲਦੇ ਹਾਂ ਬਈ, ਪੱਖਾ ਰੱਖਤਾ ਅੰਦਰ, ਅਤੇ ਟੋਕਰੀਆਂ ਪਹਿਲਾਂ ਵਾਲੇ ਸਾਈਜ਼ ਦੀਆਂ ਹੀ ਲੈ ਕੇ ਆਉਣੀਆਂ ਸੀ, ਹੈ ਨਾ, ਅਤੇ ਲੈ ਕੇ ਵੀ ਵਾਹਵਾ ਆਉਣਾ, 20-25 ਲਿਆਉਣਾ, ਇਕੱਠਾ ਸੌਦਾ ਹੀ ਮਾਰਨਾ, ਤਾਂ ਕਰਕੇ ਲੰਬੀ ਨਾ ਮਿਲੀਆਂ ਫਿਰ ਅਸੀਂ ਡੱਬ ਵਾਲੇ ਵੀ ਜਾ ਸਕਦੇ ਹਾਂ, ਡੱਬ ਵਾਲੇ ਨਾ ਮਿਲੀਆਂ ਫਿਰ ਅਸੀਂ ਉੱਧਰ ਪਰਾਂ ਸੰਗਰੀ ਵਾਲੀ ਸਾਈਡ ਤੋਂ ਹੋਰ ਦੂਰ ਵੀ ਜਾ ਸਕਦੇ ਹਾਂ, ਸਾਡਾ ਸਾਨੂੰ ਪਤਾ ਹੀ ਦਿੱਲੀ ਵੀ ਜਾ ਸਕਦੇ ਟੋਕਰੀਆਂ ਲੈਣਾ ਅਸੀਂ। ਮਸਾਂ ਟੋਕਰੀਆਂ ਮਿਲੀਆਂ ਬਾਬੇ, ਉਹ 3 ਦੇ ਪੀਸ ਘੱਟ ਹੈ, ਠੀਕ ਹੈ ਕਿ ਨਹੀਂ? ਆਹ ਦੇਖੇ, ਇਹਦੇ ਵੀ ਨਹੀਂ ਪੀਸ ਪੂਰੇ, ਆ ਵੀ ਬਹੁਤ ਸੋਹਣੀਆਂ ਸੀਗੀਆਂ, ਅਤੇ ਇਹਦੇ ਵੀ ਨਹੀਂ ਪੀਸ ਪੂਰੇ, ਅਤੇ ਇਹਦੇ ਵੀ ਨਹੀਂ ਪੀਸ ਪੂਰੇ, ਹੈ ਨਾ। ਸਭ ਤੋਂ ਸਿਰਾ ਮੈਨੂੰ ਆਹ ਚੀਜ਼ ਲੱਗੀ, ਆਹ ਚੀਜ਼ ਵਧੀਆ, ਹੈਂ ਕਿੰਨੇ ਪੀਸ? ਇਹ ਪੀਸ ਵਾਲੇ ਥੋੜ੍ਹੇ ਆ, ਪੰਜਾਹ ਪੰਜਾਹ ਦਾ ਕੋਈ ਦਿੱਕਤ ਵਾਲੀ ਗੱਲ ਨਹੀਂ, ਆਪਾਂ ਲੈ ਜਾਂਦੇ ਮਹਿੰਗੇ ਤਾਂ ਕਿੰਨੇ ਮਰਜ਼ੀ ਹੋਣ, 6 ਹੈ ਆਪਾਂ ਕੋਲ, 10 ਵੀ ਮਿਲ ਜਾਂਦੇ ਸਿਰਾ ਲੱਗ ਜਾਂਦਾ, 6 ਅਤੇ ਜੇ ਇਹਦੇ ਨਾਲ ਦੇ ਮਿਲ ਜਾਣ ਤਾਂ ਵੀ ਸਿਰਾ ਲੱਗ ਜਾਂਦਾ। ਡੱਬ ਵਾਲੀ ਚੱਲਦੇ ਹਾਂ, ਡੱਬ ਵਾਲੀ ਚੱਲਦੇ ਹਾਂ, ਭਾਲੀਆਂ ਟੋਕਰੀਆਂ ਅਤੇ ਮਸਾਂ ਭਾਲੀਆਂ ਬਈ, ਸਾਰੀ ਡੱਬ ਵਾਲੀ ਛਾਂਟ ਕੇ, ਚੱਲ ਬਰੋ ਚੱਲ ਗਏ ਘਰ ਨੂੰ, 2 ਵੱਜਣ ਵਾਲੇ ਹੋਣਗੇ, 1:30-2 ਵੱਜ ਗਏ ਹੋਣਗੇ। ਹਾਂਜੀ ਮੇਰੇ ਵੀਰੋ, ਆ ਗਏ ਜੀ ਘਰੇ, ਆਏ ਨਾ ਜੀ, ਤਾਕਤਾਂ ਨਾਲ ਸਿੱਟੋ ਜੀ, ਵਾਲਾ ਮਹਿੰਗਾ ਪੈ ਜੂਗਾ ਜੀ, ਇਹ ਤਾਂ ਆਪਾਂ ਨੂੰ ਲੱਗਣਾ ਜੀ, ਸਾਰੀ ਉਮਰ ਹੀ ਨਹੀਂ ਲੱਗਦਾ, ਆਪਣੀ ਤਾਂ ਗਰੰਟੀ ਹੈ, ਆਪਣੀ ਜੱਜ ਨਹੀਂ ਨਾ। ਲਓ ਜੀ ਇਹ ਟੋਕਰੀਆਂ ਸੀਗੀਆਂ, ਅਤੇ ਲੈ ਜਾਂਦੀਆਂ 100 ਮੈਣੀ ਟੋਕਰੀ ਸਵਾਬੇ, 100 ਮੈਣੀ ਵਾਧੂ ਕਰਤੀਆਂ, ਪਹਿਲਾਂ 1 ਪੀਸ ਚੱਲ ਗਿਆ, ਆਪਾਂ ਤਾਂ ਰੱਖ ਕੇ ਦੇਖੀਏ, ਵੈਸੇ ਤਾਂ ਮੈਨੂੰ ਪਤਾ ਰੱਖਿਆ ਜਾਣਾ, ਵਧੀਆ ਐਨ ਫਿੱਟ ਆ ਜਾਣਾ ਜੀ ਕਿਤੇ, ਆਏ ਹਾਏ ਹਾਏ ਹਾਏ, ਬਣ ਗਈ ਗੱਲ, ਓਕੇ ਹੋ ਗਈ ਰਿਪੋਰਟ ਬਾਬਿਓ, ਠੀਕ ਹੈ। ਅਤੇ ਇੱਧਰਲੇ ਖਾਣੇ ਤਾਂ ਵੱਡੇ ਆ ਆਪਣੇ, ਇੱਧਰ ਤਾਂ ਵਧੀਆ 1 ਚੁੰਡ 'ਚ ਰੱਖ ਕੇ, ਅਤੇ ਵਾਧੂ ਖੁੱਲ੍ਹਾ ਥਾਂਦਾ ਚੈੱਕ ਕਰੂਗਾ ਸਾਈਡ 'ਤੇ, ਦੇਖੋ 1 'ਚ ਟੋਕਰੀ, ਇੱਥੇ ਜਿੰਨਾ ਕੁਛ ਮਰਜ਼ੀ ਕਬੂਤਰ ਬੈਠਾ ਰਹੇ ਪਾਉਂਦੀ, ਠੀਕ ਹੈ, ਓਕੇ ਹੋਊਗਾ ਰਿਪੋਰਟਾਂ। ਅਤੇ ਇਦੂ ਪਹਿਲਾਂ ਵੀ ਹੁਣ ਇਹਨਾਂ 'ਚ ਕੀ ਕਰਨਾ ਪਊਗਾ, ਪਹਿਲਾਂ ਤਾਂ ਮੇਰਾ ਫੋਨ 1% ਕਿਸੇ ਟਾਈਮ ਵੀ ਬੰਦ ਹੋ ਸਕਦਾ, ਉਸ ਮਿੱਟੀ ਬਣਾ ਕੇ ਗਿੱਲੀ ਕਰਕੇ, ਗਿੱਲੀ ਮਿੱਟੀ ਪਾਉਣੀ ਪਈ ਉਹਨਾਂ ਦੇ ਥੱਲੇ, ਗਿੱਲੀ ਮਿੱਟੀ ਪਾ ਕੇ ਫਿਰ ਇਹਨੂੰ ਸੁਕਾ ਕੇ, ਅਤੇ ਫਿਰ ਰੱਖਣਾ ਜਾਣਗਾ ਬਈ ਇਹ, ਅਤੇ 20 ਪੀਸ ਹੀ ਮਿਲੇ ਸਾਨੂੰ,
ਚਾਹੀਦੇ 24 ਸੀ ਪਰ ਮਿਲੇ ਸਾਨੂੰ 20। ਸਾਰੀ ਡੱਬ ਵਾਲੀ ਫਰੋਲਤੀ, ਸਾਰਾ ਬਾਦਲ, ਸਾਰਾ ਲੰਬੀ ਫਰੋਲਤਾ, ਮਸਾਂ 20 ਪੀਸ ਲੈ ਕੇ ਲੈਵੇ ਵੀਰਾ, ਲਾ ਦੇ ਮਿੱਟੀ, ਹੁਣ ਤੈਨੂੰ ਛੱਡ ਕੇ ਆਵਾਂ ਮੈਂ। ਲਓ ਜੀ ਆਲਦਿਆਂ 'ਤੇ ਜਿਹੜੀਆਂ ਟੋਕਰੀਆਂ ਲੈਂਦੇ ਉਹਨਾਂ 'ਚ ਪਾਉਣ ਵਾਸਤੇ ਮਿੱਟੀ ਵੀ ਚੱਕ ਲੈਂਦੇ ਆਪਾਂ, ਜਿਹੜੀ ਉਦਣ ਬਲਜੀਤ ਨਾਲ ਟਰਾਲੀ ਭਰਾ ਕੇ ਲਿਆਉਂਦੀ ਸੀ, ਉੱਥੋਂ ਗੱਟਾ ਭਰ ਕੇ ਲਿਆਂਦਾ। ਇੰਨੀ ਹਿੰਮਤ ਹਾਰੀ ਆ, ਐਂ ਨਹੀਂ ਪਹੁੰਚ ਪਈ ਵੀ ਹੋ ਮਿੱਟੀ ਪੱਟ ਕੇ ਵਿੱਚ ਤੂੜੀ ਲਾ ਲਾ, ਸਮਝ ਸਕਦਾ। ਲਓ ਜੀ ਅਤੇ ਲੱਗਦੇ ਹੱਥ ਦੁਕਾਨ ਤੋਂ ਚੀਜ਼ੀ ਵੀ ਫੜ ਲੈਂਦੇ ਵੀ ਖਾਣ ਨੂੰ, ਭੁੱਖ ਲੱਗੀ ਪਈ ਸੀਗੀ। ਹੁਣ ਐਂ ਸੋਚੀ ਜਾਂਦਾ ਵੀ ਚਾਹ ਨਾਲ ਖਾਵਾਂ ਪੀਵਾਂ ਕਿ ਜਿਹੜਾ ਵਿੱਚ ਸਟਿੰਗ ਅਤੇ ਮਿਕਸਡ ਫਰੂਟ ਰਹਿੰਦਾ ਉਹ ਪੀਵਾਂ। ਚਲੋ ਕੋਈ ਨਾ, ਕਰਦਿਆਂ ਰਹਿ, ਇਹ ਕੋਈ ਵੱਡਾ ਕੇਸ ਨਹੀਂ ਪਾਪਿਓ। ਹਾਂਜੀ ਮੇਰੇ ਵੀਰੋ, ਆ ਗਏ ਜੀ ਤੇਰੇ ਘਰ, ਚਾਹ ਰੋਟੀ ਖਾ ਪੀ ਜਾਂਦੀ ਅਤੇ 4 ਵੱਜ ਗਏ ਬਈ। ਅੱਜ ਵਾਲਾ ਵੀ ਦਿਨ ਸ਼ਿਫਟ ਚੱਲਿਆ ਅਤੇ ਸਾਰੇ ਦਿਨ 'ਚ ਬੈਂਗਣ ਵੀ ਨਹੀਂ ਪੱਟਿਆ ਬਈ ਆਪਾਂ, ਤੁਹਾਨੂੰ ਵੀ ਪਤਾ ਕੀ ਕਰਤਾ ਲੈ, ਟੋਕਰੀਆਂ ਲਿਆਂਦੀਆਂ, ਪੱਖਾ ਲਿਆਂਦਾ, ਲਿਆ ਲਿਆਂਦਾ, ਇਹ ਕੋਈ ਕੰਮ ਕੰਮਾਂ 'ਚੋਂ ਕੰਮ ਹੈ। ਕੋਈ ਨਾ ਬਰੋ, ਅੱਜ ਜੋੜੀਆਂ ਫਿਰ ਨਹੀਂ ਲੱਗਣੀਆਂ ਆਈਆਂ, ਕੱਲ੍ਹ ਨੂੰ ਮੈਂ ਇੱਥੇ ਲਿਖ ਕੇ ਦੇਊਂਗਾ ਵੀ ਕੱਲ੍ਹ ਨੂੰ ਆਪਾਂ ਜੋੜੀਆਂ ਲਾਵਾਂਗੇ, ਗੱਲ ਮੁੱਕੀ ਰਹਿਣਗੇ ਜੇ ਕੱਲ੍ਹ ਨੂੰ ਜੋੜੀਆਂ ਨਾ ਲਾਂਗਾ, ਠੀਕ ਹੈ ਕਿ ਨਹੀਂ, ਕੁਛ ਮਰਜ਼ੀ ਕਰ ਲਓ, ਗੱਲ ਮੁੱਕੀ ਹੈ। ਬਸ ਕੱਲ੍ਹ ਨੂੰ ਜੋੜੀਆਂ ਹਰ ਹਾਲ 'ਚ ਲਾ ਲਿਆਂਗੇ। ਅੱਜ ਮੈਂ ਬਣਾਉਣਾ ਮਿੱਟੀ ਅਤੇ ਸਾਰੀਆਂ ਜਿਹੜੀਆਂ ਟੋਕਰੀਆਂ ਆਪਣੀਆਂ ਭਰ ਕੇ ਵਿਹੜੇ 'ਚ ਵਿਛਾ ਦਿੰਦੇ ਹਾਂ, ਮਿੱਟੀ ਗਿੱਲੀ ਪਾ ਪਾ ਕੇ ਧੁੱਪੇ ਰੱਖ ਦਿੰਦੇ, ਛੇਤੀ ਸੁੱਕ ਜਾਣਗੀਆਂ। ਅਤੇ ਇੱਧਰਲਾ ਖੁੱਡਾ ਸਾਫ਼ ਹੈ ਲਗਭਗ, ਇੱਧਰਲੇ ਜਿਹੜੇ ਸਾਫ਼ ਸਫਾਈ ਹੁੰਦੇ ਸਾਫ਼ ਸਫਾਈ ਕਰ ਦਿੰਦੇ ਹਾਂ। ਅਤੇ ਮਿਸਤਰੀ ਅੱਜ ਆਪਣੇ ਲੱਕੜਾਂ 'ਚ ਆਏ ਨਹੀਂ ਬਈ, ਠੀਕ ਆ, ਅਤੇ ਵੈਸੇ ਤਾਂ ਕਹਿੰਦੇ ਲੇਟ ਆਵਾਂਗੇ ਪਰ ਲੇਟ ਵੀ ਨਹੀਂ ਆਏ, ਅਤੇ ਉਹ ਆਪਣੀਆਂ ਫੱਟੀਆਂ ਘਰੇ ਵੱਢੀਆਂ ਪੰਗਾਂ ਵੇਚ ਜਾਂਦੀਆਂ, ਅਤੇ ਉਹ ਸਿਰਫ ਬਸ ਉਹਨਾਂ ਨੇ ਇੱਥੇ ਐੱਲ ਪੱਤੀਆਂ 'ਤੇ ਲਾ ਕੇ ਜਾਣੀਆਂ, ਸਿਰਫ ਉਹ ਉਹਨਾਂ ਦਾ ਕੰਮ ਆਪੇ ਕਰਕੇ ਆਣ ਕੇ, ਉਹ ਜਿਹੜਾ ਆਪਣਾ ਕਰਨ ਲਾ ਪਾਓ ਕਰੀਏ। ਹਾਂਜੀ ਮੇਰੇ ਵੀਰੋ, ਅਤੇ ਪਲੈਨ ਆਪਣਾ ਬਈ ਚੇਂਜ ਹੋ ਗਿਆ ਸੀਗਾ ਮਿੱਟੀ ਵਾਲਾ, ਕਾਰਨ ਕਿ ਮਿੱਟੀ ਤਾਂ ਮੈਂ ਤਿਆਰ ਤਿਉਰ ਕਰ ਲਈ ਸੀ ਵੈਸੇ ਤਾਂ, ਹੈ ਨਾ, ਮਿੱਟੀ 'ਚ ਨਾ ਰੋਡ ਵਾਲੇ ਆ ਬਈ, ਅਤੇ ਹੈ ਵੀ ਵਾਲੇ ਮੋਟੇ ਆ, ਦੇਖੋ ਐਡੇ ਐਡੇ ਰੋਡ ਹੈ ਮਿੱਟੀ 'ਚ, ਰੋਡ ਕਿਹੜੇ ਰੋਡ ਹੀ ਆ ਬਈ ਇਹ ਤਾਂ, ਤਾਂ ਕਰਕੇ ਇੱਕ ਇਹਦੇ 'ਚ ਲਾਈ ਸੀ ਮੈਂ, ਉਹ ਆਪਣੇ ਸੈਟਿੰਗ ਬੈਠੀ ਨਹੀਂ ਹੈ ਨਾ ਕੰਮ ਦੀ, ਵੀ ਆਪਣੇ ਫਿੱਟ ਨਹੀਂ ਆਇਆ ਸਭ ਦਾ ਯਾਰ, ਮੈਂ ਵੀ ਮਿੱਟੀ ਵਾਲਾ ਕੰਮ ਕੁੱਤਾ ਨਾਲ ਟਾਈਮ ਬਾਹਲਾ ਲੱਗਦਾ। ਫਿਰ ਮੈਂ ਕੀ ਕੀਤਾ, ਘਰੋਂ ਗੱਟੇ ਚੱਕ ਲੈਂਦੇ ਬਈ, ਗੱਟੇ ਚੱਕ ਚੱਕ ਹੈ ਨਾ, ਐਂ ਥੱਲੇ ਗੱਟੇ ਲਾ ਲਾ ਕੇ ਵਿੱਚ ਮਿੱਟੀ ਪਾ ਕੇ, ਅਤੇ ਬਸ ਐਂ ਰੱਖ ਲੈਂਗੇ ਇਹਨਾਂ ਨੂੰ ਆਪਾਂ, ਸੁੱਕਣ ਪੁੱਕਾ ਕੰਮ ਹੈ ਨਾਲੇ, ਅਤੇ ਪਰ ਹੈ ਤਾਂ ਮਿਹਨਤ ਵਾਲਾ ਕੰਮ ਬਈ, ਲੱਗਿਆ ਪਿਆ ਕੈਂਚੀ ਹੈ, ਗੱਟੇ ਆ, 3-4 ਤਾਂ ਪਾੜਦੇ ਮੈਂ, ਹੈ ਨਾ, ਪਾੜੀ ਜਾਂਦਾ, ਬਸ ਰੱਖੀ ਜਾਂਦਾ ਚਾ ਚਾ ਕੇ, ਫਿਰ ਉਦੋਂ ਬਾਅਦ ਇੱਥੋਂ ਸੁੱਕੀ ਮਿੱਟੀ ਉਹ ਕਰਾਂਗੇ ਆਪਾਂ, ਛਾਨਾਂਗੇ, ਚੱਕਾਂਗੇ, ਫਿਰ ਉਹ ਮਿੱਟੀ ਪਾਵਾਂਗੇ ਵੀ ਵਿੱਚ ਇਹਨਾਂ ਦੇ। ਅਤੇ ਕੋਈ ਨਾ, ਕਰ ਦਾਂਗੇ ਬਰੋ ਆਪਾਂ ਰਾਤ ਤੱਕ ਰੈਡੀ, ਕੱਲ੍ਹ ਨੂੰ ਬਸ ਤੁਹਾਨੂੰ ਪਤਾ ਤੜਕੇ ਉੱਠ ਕੇ ਰੱਖ ਦਾਂਗੇ, ਰਾਤ ਨੂੰ ਰੈਡੀ ਕਰਕੇ ਪਊਂ ਗੱਲ ਮੁੱਕੀ ਯਾਰ, ਕੰਮ ਵੇਖੋ ਲਓ। ਦੂਜੇ ਦਿਨ ਦਾ ਵੀ ਦਿਨ ਛਿਪਣ ਵਾਲਾ ਹੋ ਗਿਆ ਹੈ ਨਾ, ਅਤੇ ਹਜੇ ਤੱਕ ਮੈਂ ਲਾਈਟ ਨਹੀਂ ਬੰਦ ਕੀਤਾ, ਐਡੀ ਹਲਕਤ ਹਾਰੀ ਆ ਬਾਬੇ ਉਹ ਆਪਣੀ। ਚਲੋ ਬਾਬਿਓ ਚੱਲਦੇ ਹਾਂ ਘਰ ਨੂੰ, ਖੇਤ ਆਏ ਸੀਗੇ ਯਾਰ, ਉਹ ਕੋਠੇ ਦੀ ਚਾਬੀ ਫੜਾਉਣ ਬਾਬਿਓ, ਹੈ ਨਾ, ਅਤੇ ਝੋਨਾ ਝੂਨਾ ਆਪਣਾ ਕਿਹੜਾ ਇੱਕ ਨੰਬਰ, ਪਹਿਲਾਂ ਤਾਂ ਪੀਲਾ ਆ ਦੀਨਾ ਸੀ ਨਾ, ਉਦੋਂ ਰੇਹ ਰੂਣੀ ਬਾਈ, ਉਦੋਂ ਬਾਅਦ ਤਾਂ ਵਧੀਆ ਬਣ ਗਿਆ ਸੀ ਸਾਰਾ। ਆ ਗਏ ਬਾਬਿਓ ਘਰੇ, ਅਤੇ ਆਉਂਦੇ ਇੱਕ ਸਟਿੰਗ ਵੀ ਚੱਕ ਲਿਆ ਫਰਿੱਜ 'ਚੋਂ, ਕਿਉਂਕਿ ਫਿਰ ਸਾਨੂੰ ਪਤਾ ਵੀ ਐਨਰਜੀ ਜ਼ਰੂਰੀ ਹੈ ਨਾ, ਤਾਂ ਕਰਕੇ ਕਿ ਫਿਰ ਖੁੱਡੇ ਸਾਫ਼ ਸੂ ਕਰਕੇ, ਫਿਰ ਅੱਜ ਅੱਜ ਗੱਲ ਮੁੱਕੀ ਰਾਂਦ ਗਈ ਹੈ ਨਾ, ਅੱਜ ਸਾਰੀਆਂ ਟੋਕਰੀਆਂ ਸਾਫ਼ ਸਫਾਈ ਕਰਦਾ ਹੁਣ ਮੈਂ, ਪਹਿਲਾਂ ਸਾਫ਼ ਸਫਾਈ ਕਰਕੇ ਇਹਦੇ ਵਿੱਚ ਧਰਨੀਆਂ ਆਪਾਂ ਗੱਲ ਮੁੱਕੀ ਰਾਂਦ ਗਈ। ਹਾਂਜੀ ਮੇਰੇ ਵੀਰੋ, ਅਤੇ ਕੰਮ ਭਾਈ ਕਾਫੀ ਚਿੱਤਾ ਆਪਾਂ, ਕੰਟਰੋਲ ਦਾ ਲੈਂਡ ਰੋਡ ਛੱਡਾਂ, ਹੋ ਹੋ ਨੋਨ ਸਟੋਪ ਲੱਗੇ ਹੋਏ ਹਾਂ ਬਈ, ਲਗਭਗ 4-3 ਵਜੇ ਦੇ ਹੈ ਨਾ, ਅਤੇ ਫਿਰ ਤਾਂ ਇੱਧਰੋਂ ਦੇਖੋ ਹੁਣ ਤੁਹਾਨੂੰ ਲੱਗ ਗਿਆ ਹੋਣਾ ਪਤਾ ਵੀ ਹੋ ਚੱਲੀ ਤਿਆਰੀ ਹੈ ਨਾ, ਇੱਕ ਹਿਸਾਬ 'ਤੇ ਖੁੱਡਿਆਂ 'ਚ ਕਬੂਤਰ ਛੱਡਣ ਦੀ, ਮਤਲਬ ਅੱਜ ਨਹੀਂ ਕੱਲ੍ਹ 'ਤੇ ਗੱਲ ਕੀਤੀ ਸੀ ਉਹਨੂੰ ਆਪਾਂ, ਅਤੇ ਜਿੰਨਾ ਹੋ ਸਕਿਆ ਬਈ ਓਨਾ ਵਧੀਆ ਅੰਦਰੋਂ ਝਾੜੂ ਝੂੜੂ ਮਾਰ ਕੇ ਇੱਕ ਨੰਬਰ ਬਣਾ ਤਾ, ਠੀਕ ਹੈ ਕਿ ਨਹੀਂ, ਸਾਰਾ ਰੇਤਾ ਰੂਤਾ ਚੱਕ ਲਿਆ, ਹੈ ਨਹੀਂ ਗਾ ਮਾੜਾ ਮੋਟਾ ਨੋਰਮਲ ਆ ਜਿਹੜਾ ਲੱਗਿਆ ਪਿਆ ਹੈਗਾ, ਅਤੇ ਸਭ ਰੇਤਾ ਰੂਤਾ ਆਪਾਂ ਸਾਫ਼ ਕਰਕੇ ਕੱਢਤਾ ਬਾਹਰ, ਉਹੀ ਇੱਧਰਲਾ ਖੁੱਡਾ ਦੇਖ ਲਓ,
ਤੇ ਜਿੰਨਾ ਕੋਈ ਵਾਈਟ ਪੁੱਟੀ ਪੱਟੀ ਜਾਂ ਰੇਤਾ ਸੀਮੈਂਟ ਬਰੇਤੀ ਜਿੰਨਾ ਵੀ ਸਮਾਨ ਸੀਗਾ ਸਾਰਾ ਪੂਰਾ ਵਧੀਆ ਮਾਰ ਕੇ, ਠੀਕ ਹੈ ਕਿ ਨਹੀਂ, ਅਤੇ ਚੰਗੀ ਤਰ੍ਹਾਂ ਸਾਫ਼ ਕਰਤਾ ਬਈ ਆਪਾਂ, ਇੱਕ ਨੰਬਰ ਬਣਾਤਾ ਵਧੀਆ। ਆਹ ਜਿਹੜਾ ਥੱਲੇ ਆਹ ਨਹੀਂ ਲੱਗਾ ਦੀ ਨਾ ਬਈ, ਇਹ ਥੱਲੇ ਜੰਮਿਆ ਪਿਆ ਮਾੜਾ ਮਾੜਾ ਯਾਰ, ਹੈ ਨਾ, ਇੰਨੀ ਫਿਰ ਮੈਂ ਖੇਚਲ ਕੀਤੀ ਨਹੀਂ ਗੀ, ਮੈਂ ਵੀ ਕਿੱਧਰ ਪੱਟਾਂ ਗਈ ਕਿ ਨਹੀਂ, ਤਾਂ ਕਰਕੇ ਵੈਸੇ ਵਧੀਆ ਬਣਾਤਾ, ਇੱਕ ਨੰਬਰ ਕੰਮ ਸਾਰਾ। ਅਤੇ ਇਦੂ ਬਾਅਦ ਬਸ ਹੁਣ ਚੱਕਰਾਂ ਹੋਊਗਾ ਵੀ 7 ਵੱਜ ਗਏ, ਹੈ ਨਾ, ਇੱਕ ਤਾਂ ਮੈਂ ਵੀਡੀਓ ਐਡਿਟ ਕਰਨੀ ਆ ਵੀ, ਐਕਸਪੋਰਟ ਕਰਨੀ ਹੁੰਦੀ ਆ, ਕਾਲੇ ਕੁਤਰਾ ਨੂੰ ਦਾਣਾ ਪਾਣੀ ਪਾਉਣਾ, ਇੱਧਰ ਨੂੰ ਦਾਣਾ ਪਾਣੀ ਪਾਉਣਾ, ਆਹ ਸਮਾਨ ਸਮੂਨ ਸਾਰਾ ਸਾਂਭਣਾ ਹੈ ਟੂ ਯਾਰ, ਠੀਕ ਹੈ ਕਿ ਨਹੀਂ, ਅਤੇ ਛੇਤੀ ਛੇਤੀ ਨਿਬੇੜਦੇ ਹਾਂ ਕੰਮ ਵੀ ਜਿੰਨਾ ਨਿਬੜ। ਹਾਂਜੀ ਮੇਰੇ ਵੀਰੋ, ਓਕੇ ਆ ਭਾਈ ਰਿਪੋਰਟਾਂ, ਜਿੰਨਾ ਕੁ ਮੇਰੇ ਕੰਮ ਧੰਦਾ ਹੋਇਆ ਬਈ, ਹੈ ਨਾ, ਓਨਾ ਕੁ ਮੈਂ ਨਿਬੇੜਤਾ, ਅਤੇ ਹੁਣ ਚੱਲਦੇ ਹਾਂ ਘਰ ਨੂੰ ਬਸ, ਹੈ ਨਾ, ਨਹਾਉਣੇ ਨਹਾਉਣੇ ਆ, ਰੋਟੀ ਪਾਣੀ ਖਾਂਦੇ ਹਾਂ, ਉਹ ਤੋਂ ਪਹਿਲਾਂ ਇੱਥੋਂ ਗੰਦ ਪਹਿਲਾਂ ਚੱਕ ਦੀਏ, ਹੈ ਨਾ, ਆਹ ਕੀ ਹੈ, ਧਰੇਕ ਮਾਰ ਹੈ ਇਹਦੇ 'ਚ, ਕੀ ਹੈ ਬਰੋ, ਓ ਪੀਜ਼ਾ ਪਾਰਸਲ ਇਹਦੇ 'ਚ ਬਰੋ, ਪੀਜ਼ੇ ਵੀ ਖਾ ਲਈਦੇ ਕਦੇ ਕਦੇ, ਰੇਅਰ ਦਿਨ ਹੁੰਦਾ ਜਿਹਦੇ ਨੂੰ ਪੀਜ਼ਾ ਖਾਣਾ ਹੁੰਦਾ, ਜਿਹਨੂੰ ਭਾਗਾਂ ਵਾਲੇ ਦਿਨ ਹੀ ਖਾਂਦੇ ਹਾਂ, ਕਰਮਾਂ ਵਾਲੇ ਦਿਨ, ਅਤੇ ਵੈਸੇ ਤਾਂ ਤੁਹਾਨੂੰ ਪਤਾ ਏਡਾ ਹੈ ਨਹੀਂ ਕੋਈ ਚੱਕਰ, ਨਾ ਇਹਦੇ 'ਚ ਵੀ ਖਾਣ ਪੀਣ ਵਾਲਾ ਸਮਾਨ ਅਤੇ ਹੋਰ ਗੰਦ ਪੇਲੀ ਆ। ਓਕੇ ਰਿਪੋਰਟ ਉੱਤੇ ਆਹ ਆਪਣਾ ਕੋਈ ਨਾਲ ਲੈਣਾ ਦੇਣ ਨਹੀਂ ਬੈਠੀ ਹੈ ਕਿ ਨਹੀਂ, ਆਹ ਵੀ ਫਾਲਤੂ ਹੈ, ਬਹੁਤ ਜ਼ਿਆਦਾ ਗੰਦ ਹੁੰਦਾ, ਐਪਲੀਕੇਸ਼ਨ ਬਹੁਤ ਦਾ ਖੜ ਜਾ, ਮੈਨੂੰ ਆਪ ਦੇਖਣ ਪਹਿਲਾਂ ਸੋਨਾ ਨੂੰ ਦਿਖਾਉਂਦਾ, ਇਹ ਵੀ ਹੈ ਨਹੀਂ ਕੰਮ ਦੀ, ਠੀਕ ਹੈ ਕਿ ਨਹੀਂ, ਅਤੇ ਬਸ ਆਹੀ ਕੋਈ ਸੀਗਾ, ਇਹਨੂੰ ਕੋਈ ਚੱਕਰ ਨਹੀਂ, ਬਾਅਦ 'ਚ ਆਪਾਂ ਪਿਛਲੇ ਪਾਸੇ ਘਰ ਦੇ ਗੰਦ ਪਹਿਲਾਂ ਸਾਰਾ ਸੁੱਟ ਦਿੰਦੇ ਨਾ ਇਕੱਠਾ ਕਰਕੇ, ਅਤੇ ਲਾਈਟਾਂ ਨੂੰ ਪੈਦ ਕੇ ਜਗਾ ਮਾਰ ਲਈਆਂ, ਅਤੇ ਚੱਲੀਏ ਬਰੋ ਘਰ ਨੂੰ, ਹੈ ਨਾ, ਅਤੇ ਦੂਜਾ ਸਾਰਾ ਸਮਾਨ ਵੀ ਸਾਂਭਤਾ ਵੀ ਚੱਕ ਕੇ, ਜਿੰਨਾ ਇੱਥੇ ਗੰਦ ਪਿੱਲ ਖਿਲਰਿਆ ਪਿਆ ਸੀ, ਅਤੇ ਆਪਣਾ ਉਹ ਕੀ ਕਹਿੰਦੇ ਹੁੰਦੇ ਆ ਟੋਕਰੀਆਂ, ਅਤੇ ਉਹਨਾਂ ਦੇ ਜਿਹੜੇ ਵਿੱਚ ਕਵਰ ਜੇ, ਹੈ ਨਾ, ਸਾਰਾ ਸਮਾਨ ਇੱਥੇ ਸਾਂਭਤਾ, ਅਤੇ ਇਹਨਾਂ ਨੂੰ ਹੁਣ ਹੱਥ ਪਾਵਾਂਗੇ ਕੱਲ੍ਹ ਨੂੰ ਆਪਾਂ। ਅਤੇ ਇੱਧਰੋਂ ਪਹਿਲਾਂ ਬਾਹਰ ਵਾਲਾ ਲਾਈਟ ਵੀ ਸੜ ਦੇ, ਕਿਉਂਕਿ ਬਾਹਰ ਅੰਧਕਾਰ ਛਾਇਆ ਪਿਆ, ਅਤੇ ਹੁਣ ਦੇਖੋ ਚਾਨਣ ਹੁੰਦਾ, ਹੋ ਗਿਆ ਨਾ ਉਜਾਲਾ, ਅਤੇ ਔਖੀ ਆ ਭਾਈ ਰਿਪੋਰਟ। ਅਤੇ ਵੈਸੇ ਅੱਜ ਆਪਾਂ ਬਈ ਇਹਨਾਂ ਦਾ ਕੁਛ ਨਾ ਕੁਛ ਕਰਾਉਣਾ ਸੀ, ਮੰਨ ਕੇ ਮੈਂ ਸੁਬਾਹ ਗਿਆ ਪੁੱਛ ਕੇ ਵਿਹਲੇ ਬੈਠੇ, ਤੋ ਕਹਿੰਦਾ ਕੋਈ ਨਾ ਕਰ ਦਿੰਦੇ ਆਪਾਂ, ਹੈ ਨਾ, ਅਤੇ ਉਦੋਂ ਬਾਅਦ ਫਿਰ ਮੈਂ ਵੀ ਪਹਿਲਾਂ ਸੀ ਕੰਮ ਧੰਦੇ ਨਿਬੇੜ ਲਏ, ਫਿਰ ਆਊਂਗਾ ਤੇਰੇ ਕੋਲ ਮੈਂ, ਅਮਨ ਨੂੰ ਕਿਹਾ, ਅਤੇ ਉਦੋਂ ਬਾਅਦ ਕੰਮ ਧੰਦੇ ਤੁਹਾਨੂੰ ਪਤਾ ਆਪਣੇ ਨਿਬੜੇ ਨਹੀਂ ਬਈ, ਅਤੇ ਤਾਂ ਕਰਕੇ ਨਾ ਵਾਲ ਸਮੂਦ ਕਰਾਏ ਗਏ, ਹੈ ਨਾ, ਕੁਛ ਹੋਰ, ਹੁਣ ਕੱਲ੍ਹ ਨੂੰ ਜੋੜਵਾਂ ਜਾੜੀਆਂ ਲਾਵਾਂਗੇ, ਫਿਰ ਮੀਤੇ ਨੂੰ ਆਖਾਂਗੇ ਉਹ ਜਾਲ ਦਾ ਸਮਾਨ ਲਿਖ ਕੇ, ਜਿਹੜਾ ਵਿਚਾਲੇ ਜਾਲ ਲਾਉਣਾ, ਉਹ ਕਰਕੇ ਜੋੜੀਆਂ ਜੁੜੀਆਂ ਲਾਵਾਂਗੇ, ਵਿੱਚ ਲੱਕੜਾਂ ਨਾਲ ਫੱਟੀਆਂ ਫੋਟੀਆਂ ਪਵਾਵਾਂਗੇ, ਫਿਰ ਬਿਜਲੀ ਦੀ ਸਪਲਾਈ ਫਿਟਿੰਗ ਕਰਨੀ ਆ, ਹੈ ਨਾ, ਖੋਡਿਆਂ 'ਚ, ਅਤੇ ਹਜੇ ਖੁਰਾਕ ਲਾਉਣੀ ਆ, ਕਾਂ ਬਹੁਤ ਪਏ ਆ, ਅਤੇ ਆਪਦੀ ਹੈ ਨਾ ਸਿਹਤ ਵਜ੍ਹਾ ਕਰਦਾ ਸੰਭਾਲਣ ਦਾ ਮੌਕਾ ਹੀ ਨਹੀਂ ਮਿਲਦਾ ਬਈ। ਚਲੋ ਯਾਰ ਆਪਾਂ ਤਾਂ ਤੁਹਾਨੂੰ ਪਤਾ ਜੀ ਐਡਾ ਹੈ ਨਹੀਂ ਕੋਈ ਆਪਾਂ, ਹੈ ਨਾ, ਵੀ ਨਾ ਤਾਂ ਬਾਹਲੇ ਸੋਹਣੇ ਆ ਅਤੇ ਨਾ ਬੜਾ ਸੋਹਣਾ ਬਣ ਕੇ ਰਹਿਣਾ, ਗੱਲ ਮੁੱਕੀ ਰਾਂਦ ਗਈ, ਆਪਾਂ ਨੂੰ ਕਿਹੜਾ ਕਿਸੇ ਨੇ ਪਸੰਦ ਕਰਨਾ ਮੇਰੇ ਵੀਰੋ। ਓਹੋ ਹੋ ਕਮਾਲ ਹੋ ਗਈ, ਕਹਿੰਦੇ ਭਾਂਡੇ ਹੋ ਗਏ, ਉਗੋ ਸੀਰਾ ਆਉਂਦਾ ਸੀ ਇਧਰੋਂ, ਮੈਂ ਜਾਂਦਾ ਸੀ ਹੋਰ, ਫਿਰ ਸੀਰਾ ਕਿਵੇਂ ਹੈ, ਸੈੱਟ ਬੈੱਟ ਆ ਕੰਮ ਵਧੀਆ ਵਧੀਆ, ਕਿੱਧਰੋਂ ਆਇਆ ਸੀਗਾ, ਰੋਟੀ ਪੜ ਕੇ ਆਇਆ, ਠੀਕ ਹੈ, ਖੇਤ ਕੀ ਕੰਮ ਕੀਤਾ ਫਿਰ ਅੱਜ, ਇੱਕ ਤਾਂ ਘਾਹ ਚੱਕਣ ਵਾਲਾ ਪਿਆ ਜੀ, ਉਹ ਅੱਛਾ ਠੀਕ ਹੈ, ਰੇਹ ਪਾਉਣ ਵਾਲੀ ਜੀ ਉਹ ਪਾਈ, ਠੀਕ ਹੈ, ਥੋੜੀ ਜਿਹੀ ਰਹੇਗੀ ਤੇ ਉਹ ਕੱਲ ਨੂੰ ਪਾ ਦਾਂਗਾ, ਕੰਮ ਧੰਦਾ ਕੋਲ ਮਲਾ ਕੇ ਪੂਰਾ ਖਿੱਚਿਆ, ਹਾਂ ਓਕੇ ਰਿਪੋਰਟਾਂ, ਚੱਲ ਫਿਰ ਜਾ ਕਰ ਨੂੰ, ਤੂੰ ਵੀ ਲੇਟ ਹੋਏ ਤੇ ਮੈਂ ਵੀ ਜਾਣਾ ਨਹਾਉਣਾ ਤੂੰ, ਕੱਲ ਨੂੰ ਮਿਲਦੇ ਆ, ਬਾਏ ਬਾਏ, ਕਰ ਦੂੰਗਾ ਮਸਲਾ ਹੱਲ, ਤੇਰਾ ਮਸਲੇ ਹੱਲ ਕਰ ਦਾਂਗੇ ਆਪਾਂ ਲਗਭਗ ਕਰ ਦੂੰਗਾ ਮੈਂ, ਯਾਤਰਾ ਤੇ ਕੋਈ ਗੱਲ ਨਹੀਂ, ਯਾਤਰਾ ਸਫਲ ਕਰਾ ਦਾਂਗੇ ਆਪਾਂ ਕਾਊਂਟਰ ਦਾ, ਡੋਂਟ ਵਰੀ, ਕੱਲ ਨੂੰ ਦੇਣੇ ਆਪਾਂ ਕੀ ਪਾ, ਇਟਸ ਮਸਤੀ ਟਾਈਮ ਵਿਦ ਮੋਤੀ, ਦੇਖੋ ਕਿਵੇਂ ਫੜ ਲੈਂਦਾ, ਗ੍ਰਿਪ ਪਾ ਲੈਂਦਾ ਪੂਰਾ, ਸੜਦੇ ਵੇ ਭਾਈ, ਐਂ ਕਰਦੇ, ਇੱਕ ਮਿੰਟ ਹੁਣ ਛੱਡੂਗਾ, ਮਾੜਾ ਜਿਹਾ ਖੜੇ,
ਲੈ ਹੁਣ ਫੇਰ ਫੜਨ ਦੀ, ਨਹੀਂ ਹੁਣ ਨਹੀਂ ਫੜਦਾ, ਕਦੇ ਕਦੇ ਮੁੱਕ ਜਾਂਦਾ ਫੜਨ ਦਾ, ਜਦੋਂ ਚੌੜ ਦਾ ਮੂੜ ਹੁੰਦਾ ਮੋਤੀ ਦਾ, ਨਹੀਂ ਆ ਗਿਆ ਆ ਗਿਆ ਫੇਰ ਆ ਗਿਆ ਆ ਗਿਆ ਗੰਦਾ ਬੱਚਾ। ਚਲੋ ਬਾਬਿਓ ਨਹਾਉਣ ਜਾਂਦਾ ਸੀ, ਵੀਡੀਓ ਪਾ ਕੇ ਖੜਿਆ ਸੀ, ਮੈਂ ਕਿਹਾ 2 ਮਿੰਟ ਮੋਤੀ ਨਾਲ ਚੌੜ ਕਰ ਲਿਆ ਆਪਣੇ ਨਾਲ, ਠੀਕ ਹੈ ਓਕੇ ਬੇਬੀ, ਮੈਂ ਨਹਾ ਕੇ ਆਉਣਾ ਫਿਰ ਆਪਾਂ ਮਸਤੀ ਨਹੀਂ ਕਰਦੇ ਕਿਉਂਕਿ ਫਿਰ ਮੱਲੇ ਪੁੱਟ ਜੂੰਗਾ। ਹਾਂਜੀ ਮੇਰੇ ਵੀਰੋ ਆ ਗਏ ਜੀ ਇੱਧਰਲੇ ਘਰੇ, ਨਹਾਈ ਧੋਈ ਕਰ ਆਉਂਦੀ, ਰੋਟੀ ਰੋਟੀ ਖਾ ਆਉਂਦੀ, ਓਕੇ ਰਿਪੋਰਟਾਂ, ਇੱਕ ਮਿੰਟ ਲੋਕ ਖੋਲੀ ਆਪਣੇ ਰੂਮ ਅਤੇ ਇੱਧਰ ਬੈਠ ਕਾਲੇ ਕਬੂਤਰਾਂ ਨੂੰ ਵੀ ਦਾਣੇ ਪਾ ਦੀਏ ਬਈ ਆਪਣੇ ਨੂੰ, ਇੱਕ ਮਿੰਟ ਖੋਲੀਏ ਜਲਦੀ ਜਲਦੀ, ਇਹਨਾਂ ਦਾ ਲੋਕ ਸਾਰੇ ਹੀ ਜ਼ੋਰ ਲਾਉਂਦਾ ਸੱਬਲ ਨੇ, ਅਤੇ ਯਾਰ ਫਿਰ ਇਹਨਾਂ ਦੀ ਉਹੀ ਗੱਲ ਹੈ ਨਾ ਵੀ ਰੋਜ਼ ਆਉਣਾ ਦਾਣੇ ਪਾਉਣ ਤੁਹਾਨੂੰ, ਮੈਂ ਕੋਈ ਉਹੋ ਜਿਹੀ ਹਰਕਤ ਨਾ ਕਰਿਆ ਕਰੋ, ਠੀਕ ਹੈ। ਅਤੇ ਲਓ ਜੀ ਟਰੇ ਲਗਭਗ ਸਾਫ਼, ਉਦੀ ਪਾ ਕੇ ਦਾਣੇ ਇਹਨਾਂ ਨੂੰ, ਅਤੇ ਪਾਣੀ ਬਈ ਪਿਆ, ਪਾਣੀ ਦਾ ਸਰ ਜਾਊ, ਕੋਈ ਦਿੱਕਤ ਵਾਲੀ ਗੱਲ ਨਹੀਂ, ਪਾਣੀ ਪਾ ਦਿਆਂਗੇ ਇਹਨੂੰ ਕੱਲ੍ਹ ਨੂੰ ਆਪਾਂ। ਹਾਂਜੀ ਮੇਰੇ ਵੀਰੋ, ਅਤੇ ਬਸ ਓਕੇ ਆ ਵੀ ਰਿਪੋਰਟ, ਬੋਲਾ ਉਹਦੀ ਕਰ ਦਈਏ ਐਂਡਿੰਗ। ਅਤੇ ਘਰ ਵਾਲੇ ਕਬੂਤਰਾਂ ਨੂੰ ਬਈ ਮੈਂ ਦਾਣਾ ਪਾਣੀ ਪਾਇਆ ਸੀਗਾ, ਉਹਨਾਂ ਦੀ ਵੀਡੀਓ ਸ਼ੂਟ ਮੈਂ ਨਹੀਂ ਕੀਤੀ ਗੀ ਤਾਂ ਕਰਕੇ, ਅਤੇ ਬਾਕੀ ਸਾਰਾ ਕੰਮ ਬਸ ਠੀਕ ਹੈ, ਓਕੇ ਰਿਪੋਰਟਾਂ, ਅਤੇ ਇਹਨੂੰ ਰੱਖਦੀ ਇੱਥੇ। ਅਤੇ ਇਹਨਾਂ ਯਾਰ ਨਾ ਤਾਂ ਸਸਤੇ ਨਸ਼ੇ ਬਾਹਲੇ ਪਏ ਇੱਥੇ ਬਿਨਾਂ ਕੰਮ ਤੋਂ ਹੀ, ਅਤੇ ਐਂ ਨਾ ਸੋਚੋ ਮੈਂ ਪੀਨਾ ਗਾ, ਠੀਕ ਹੈ ਕਿ ਨਹੀਂ, ਬਾਕੀ ਜੇ ਮੈਂ ਪੀਊਂਗਾ ਤਾਂ ਮੈਂ ਸਾਰਿਆਂ ਦੇ ਸਾਹਮਣੇ ਪੂੰਗਾ ਆਪਾਂ ਨੂੰ ਕਹਿੰਦਾ, ਬਸ ਕੋਈ ਚੱਕਰ ਨਹੀਂ ਤਾਂ ਕਰਕੇ। ਇਹ ਆਪਾਂ ਤਾਂ ਵੈਸੇ ਇਹ ਚੀਜ਼ਾਂ ਨੂੰ ਹੱਥ ਨਹੀਂ ਲਾਉਂਦੇ ਸਹੀ, ਹੱਥ ਤਾਂ ਮਤਲਬ ਮੈਂ ਲਾ ਤਾ ਤੁਹਾਡੇ ਸਾਹਮਣੇ, ਮੂੰਹ ਨਹੀਂ ਲਾਉਂਦਾ ਹੈ ਨਾ ਤਾਂ ਕਰਕੇ। ਅਤੇ ਓਕੇ ਰਿਪੋਰਟਾਂ, ਕੱਲ੍ਹ ਨੂੰ ਤੜਕੇ ਉੱਠਾਂਗੇ ਟਾਈਮ ਨਾਲ ਬਈ, ਆਪਦੇ ਜਾਣੇ ਤਾਂ ਟਾਈਮ ਨਾਲ ਹੀ ਉੱਠਾਂਗੇ, ਅਤੇ ਟਾਈਮ ਨਾਲ ਹੀ ਸੁਬਹਾ 7 ਵਜੇ ਤੋਂ ਲੈ ਕੇ ਸਾਰੇ ਕੰਮ ਨਿਬੇੜਨ ਲੱਗ ਜਾਂਦੇ ਆਪਾਂ ਛੇਤੀ ਛੇਤੀ, ਅਤੇ ਬਸ ਫਿਰ ਹੈ ਨਾ ਕੱਲ੍ਹ ਨੂੰ ਹੀ ਦੇਖਦੇ ਯਾਰ ਗੱਲ ਮੁਕੀ ਰਹਿੰਦਾ ਵੀ ਕੀ ਬਣਦਾ ਹੈਗਾ ਨਾ। ਓਕੇ ਜੀ, ਲਵ ਯੂ ਸਾਰੇ ਮੇਰੇ ਛੋਟੇ ਵੱਡੇ ਵੀਰ ਭਰਾਵਾਂ ਨੂੰ, ਅਤੇ ਬਾਏ ਬਾਏ, ਗੁੱਡ ਨਾਈਟ। ਲਵ ਜੀ ਕਰਤੀਆਂ ਜੀ ਰੈਡੀ ਟੋਕਰੀਆਂ, ਬੜੀ ਇੱਧਰ ਵਾਲੇ ਦਿਨ ਵੀਡੀਓ ਬਣਾਈ, ਥੰਬਨੇਲ ਕੱਢ ਗਿਆ ਆਪਾਂ, ਬੜਾ ਯਾਰ ਘੈਂਟ ਵਿਊ ਆਈ ਜਾਂਦਾ, ਐਂ ਲੱਗੀ ਜਾਂਦਾ ਜੀ ਬਸ ਸਿਰੇ ਹੀ ਆ, ਵੇਖੀ ਆ ਕੇ ਵਿੱਚ ਨਾ ਰੱਖ ਗਏ ਇਹਨਾਂ ਨੂੰ, ਵਿੱਚ ਰੱਖਤੀਆਂ ਨੇ ਕੀ ਫਾਇਦਾ ਨਾ ਮੁੜ ਕੇ, ਹਾਂ ਕੰਮ ਉਹ ਹੋ ਜਾਣਾ ਬਾਅਦ ਚ ਕਿਵੇਂ, ਲੈ ਬਈ ਇੰਨਾ ਹੀ ਕੰਮ ਸੀਗਾ, ਇਹ ਸਾਡੀਆਂ ਟੋਕਰੀਆਂ ਬਸ ਲਾ ਦਾਂਗੇ ਜੋੜੀਆਂ, ਕਰ ਦਾਂਗੇ ਬੰਬ ਹੈ ਨਾ, ਅਤੇ ਰਾਖੀ ਦੇ ਕੇ ਉਹਨੂੰ ਅੰਦਰ ਹੈ ਨਾ, ਫਿਰ ਹੋਰ ਆਇਆ ਫਿਰ ਦੇਖ ਕੇ ਕੀ ਬਣਦਾ।